ਇਸ ਤੋਂ ਬਿਨਾਂ ਹੁਣ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਹੋਣਾ ਨੂੰ ਮਾਰਨ ਦੇ ਲਈ, ਉਹਨਾਂ ਨੂੰ ਅਸੈਸੀਨੇਟ ਕਰਨ ਦੇ ਲਈ ਇੱਕ ਇਰਾਕ ਦਾ ਸਿਟੀਜਨ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਇਰਾਕੀ ਨੈਸ਼ਨਲ ਇਹ ਕੋਲੰਬਸ ਓਹਾਇਓ ਦੇ ਵਿੱਚ ਰਹਿੰਦਾ ਸੀ, ਉਹਦੇ ਉੱਤੇ ਫੈਡਰਲ ਚਾਰਜਸ ਲਾਏ ਗਏ ਆ ਵੀ ਉਹ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੂੰ ਅਸੈਸੀਨੇਟ ਕਰਨਾ ਚਾਹੁੰਦਾ ਸੀ। ਸ਼ਿਹਾਬ ਅਹਿਮਦ ਸ਼ਿਹਾਬ ਇਸ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਮਰਡਰ ਦੇ ਕੇਸ ਦੇ ਵਿੱਚ। ਜਸਟਿਸ ਡਿਪਾਰਟਮੈਂਟ ਨੇ ਦੱਸਿਆ ਵੀ ਇਸ ਨੇ ਹੋਰ ਇਰਾਕੀ ਨੈਸ਼ਨਲ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਲਿਆ ਕੇ, ਤੇ ਇੱਥੇ ਆ ਕੇ ਪ੍ਰੈਜ਼ੀਡੈਂਟ ਬੁਸ਼ ਜਿਹੜੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਟੈਕ ਕਰਨਾ, ਉਹਨਾਂ ਦੇ ਨਾਲ ਜਿਹੜੀ ਸੀਕਰੇਟ ਸਰਵਿਸ ਹੁੰਦੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਬ੍ਰੇਕ ਇਨ ਕਰਨਾ ਹੈ, ਇਹ ਸਾਰਾ ਕੁਝ ਉਸਨੇ ਤਿਆਰ ਕੀਤਾ ਸੀਗਾ। ਮਾਰਚ 23 ਨੂੰ ਇਹ ਸਾਰਾ ਕੁਝ ਡਿਸਕਲੋਜ਼ ਕੀਤਾ ਗਿਆ ਜਸਟਿਸ ਡਿਪਾਰਟਮੈਂਟ ਵੱਲੋਂ। ਇਸ ਤੋਂ ਬਿਨਾਂ ਹੁਣ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਹੋਣਾ ਨੂੰ ਮਾਰਨ ਦੇ ਲਈ, ਉਹਨਾਂ ਨੂੰ ਅਸੈਸੀਨੇਟ ਕਰਨ ਦੇ ਲਈ ਇੱਕ ਇਰਾਕ ਦਾ ਸਿਟੀਜਨ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਇਰਾਕੀ ਨੈਸ਼ਨਲ ਇਹ ਕੋਲੰਬਸ ਓਹਾਇਓ ਦੇ ਵਿੱਚ ਰਹਿੰਦਾ ਸੀ, ਉਹਦੇ ਉੱਤੇ ਫੈਡਰਲ ਚਾਰਜਸ ਲਾਏ ਗਏ ਆ ਵੀ ਉਹ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੂੰ ਅਸੈਸੀਨੇਟ ਕਰਨਾ ਚਾਹੁੰਦਾ ਸੀ। ਸ਼ਿਹਾਬ ਅਹਿਮਦ ਸ਼ਿਹਾਬ ਇਸ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਮਰਡਰ ਦੇ ਕੇਸ ਦੇ ਵਿੱਚ। ਜਸਟਿਸ ਡਿਪਾਰਟਮੈਂਟ ਨੇ ਦੱਸਿਆ ਵੀ ਇਸ ਨੇ ਹੋਰ ਇਰਾਕੀ ਨੈਸ਼ਨਲ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਲਿਆ ਕੇ, ਤੇ ਇੱਥੇ ਆ ਕੇ ਪ੍ਰੈਜ਼ੀਡੈਂਟ ਬੁਸ਼ ਜਿਹੜੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਟੈਕ ਕਰਨਾ, ਉਹਨਾਂ ਦੇ ਨਾਲ ਜਿਹੜੀ ਸੀਕਰੇਟ ਸਰਵਿਸ ਹੁੰਦੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਬ੍ਰੇਕ ਇਨ ਕਰਨਾ ਹੈ, ਇਹ ਸਾਰਾ ਕੁਝ ਉਸਨੇ ਤਿਆਰ ਕੀਤਾ ਸੀਗਾ। ਮਾਰਚ 23 ਨੂੰ ਇਹ ਸਾਰਾ ਕੁਝ ਡਿਸਕਲੋਜ਼ ਕੀਤਾ ਗਿਆ ਜਸਟਿਸ ਡਿਪਾਰਟਮੈਂਟ ਵੱਲੋਂ। ਇਸ ਤੋਂ ਬਿਨਾਂ ਹੁਣ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਹੋਣਾ ਨੂੰ ਮਾਰਨ ਦੇ ਲਈ, ਉਹਨਾਂ ਨੂੰ ਅਸੈਸੀਨੇਟ ਕਰਨ ਦੇ ਲਈ ਇੱਕ ਇਰਾਕ ਦਾ ਸਿਟੀਜਨ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਇਰਾਕੀ ਨੈਸ਼ਨਲ ਇਹ ਕੋਲੰਬਸ ਓਹਾਇਓ ਦੇ ਵਿੱਚ ਰਹਿੰਦਾ ਸੀ, ਉਹਦੇ ਉੱਤੇ ਫੈਡਰਲ ਚਾਰਜਸ ਲਾਏ ਗਏ ਆ ਵੀ ਉਹ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੂੰ ਅਸੈਸੀਨੇਟ ਕਰਨਾ ਚਾਹੁੰਦਾ ਸੀ। ਸ਼ਿਹਾਬ ਅਹਿਮਦ ਸ਼ਿਹਾਬ ਇਸ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਮਰਡਰ ਦੇ ਕੇਸ ਦੇ ਵਿੱਚ। ਜਸਟਿਸ ਡਿਪਾਰਟਮੈਂਟ ਨੇ ਦੱਸਿਆ ਵੀ ਇਸ ਨੇ ਹੋਰ ਇਰਾਕੀ ਨੈਸ਼ਨਲ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਲਿਆ ਕੇ, ਤੇ ਇੱਥੇ ਆ ਕੇ ਪ੍ਰੈਜ਼ੀਡੈਂਟ ਬੁਸ਼ ਜਿਹੜੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਟੈਕ ਕਰਨਾ, ਉਹਨਾਂ ਦੇ ਨਾਲ ਜਿਹੜੀ ਸੀਕਰੇਟ ਸਰਵਿਸ ਹੁੰਦੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਬ੍ਰੇਕ ਇਨ ਕਰਨਾ ਹੈ, ਇਹ ਸਾਰਾ ਕੁਝ ਉਸਨੇ ਤਿਆਰ ਕੀਤਾ ਸੀਗਾ। ਮਾਰਚ 23 ਨੂੰ ਇਹ ਸਾਰਾ ਕੁਝ ਡਿਸਕਲੋਜ਼ ਕੀਤਾ ਗਿਆ ਜਸਟਿਸ ਡਿਪਾਰਟਮੈਂਟ ਵੱਲੋਂ। ਇਸ ਤੋਂ ਬਿਨਾਂ ਹੁਣ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਹੋਣਾ ਨੂੰ ਮਾਰਨ ਦੇ ਲਈ, ਉਹਨਾਂ ਨੂੰ ਅਸੈਸੀਨੇਟ ਕਰਨ ਦੇ ਲਈ ਇੱਕ ਇਰਾਕ ਦਾ ਸਿਟੀਜਨ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਇਰਾਕੀ ਨੈਸ਼ਨਲ ਇਹ ਕੋਲੰਬਸ ਓਹਾਇਓ ਦੇ ਵਿੱਚ ਰਹਿੰਦਾ ਸੀ, ਉਹਦੇ ਉੱਤੇ ਫੈਡਰਲ ਚਾਰਜਸ ਲਾਏ ਗਏ ਆ ਵੀ ਉਹ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੂੰ ਅਸੈਸੀਨੇਟ ਕਰਨਾ ਚਾਹੁੰਦਾ ਸੀ। ਸ਼ਿਹਾਬ ਅਹਿਮਦ ਸ਼ਿਹਾਬ ਇਸ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਮਰਡਰ ਦੇ ਕੇਸ ਦੇ ਵਿੱਚ। ਜਸਟਿਸ ਡਿਪਾਰਟਮੈਂਟ ਨੇ ਦੱਸਿਆ ਵੀ ਇਸ ਨੇ ਹੋਰ ਇਰਾਕੀ ਨੈਸ਼ਨਲ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਲਿਆ ਕੇ, ਤੇ ਇੱਥੇ ਆ ਕੇ ਪ੍ਰੈਜ਼ੀਡੈਂਟ ਬੁਸ਼ ਜਿਹੜੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਟੈਕ ਕਰਨਾ, ਉਹਨਾਂ ਦੇ ਨਾਲ ਜਿਹੜੀ ਸੀਕਰੇਟ ਸਰਵਿਸ ਹੁੰਦੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਬ੍ਰੇਕ ਇਨ ਕਰਨਾ ਹੈ, ਇਹ ਸਾਰਾ ਕੁਝ ਉਸਨੇ ਤਿਆਰ ਕੀਤਾ ਸੀਗਾ। ਮਾਰਚ 23 ਨੂੰ ਇਹ ਸਾਰਾ ਕੁਝ ਡਿਸਕਲੋਜ਼ ਕੀਤਾ ਗਿਆ ਜਸਟਿਸ ਡਿਪਾਰਟਮੈਂਟ ਵੱਲੋਂ। ਇਸ ਤੋਂ ਬਿਨਾਂ ਹੁਣ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਹੋਣਾ ਨੂੰ ਮਾਰਨ ਦੇ ਲਈ, ਉਹਨਾਂ ਨੂੰ ਅਸੈਸੀਨੇਟ ਕਰਨ ਦੇ ਲਈ ਇੱਕ ਇਰਾਕ ਦਾ ਸਿਟੀਜਨ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਇਰਾਕੀ ਨੈਸ਼ਨਲ ਇਹ ਕੋਲੰਬਸ ਓਹਾਇਓ ਦੇ ਵਿੱਚ ਰਹਿੰਦਾ ਸੀ, ਉਹਦੇ ਉੱਤੇ ਫੈਡਰਲ ਚਾਰਜਸ ਲਾਏ ਗਏ ਆ ਵੀ ਉਹ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੂੰ ਅਸੈਸੀਨੇਟ ਕਰਨਾ ਚਾਹੁੰਦਾ ਸੀ। ਸ਼ਿਹਾਬ ਅਹਿਮਦ ਸ਼ਿਹਾਬ ਇਸ ਨੂੰ ਚਾਰਜ ਕੀਤਾ ਗਿਆ ਅਟੈਂਪਟਡ ਮਰਡਰ ਦੇ ਕੇਸ ਦੇ ਵਿੱਚ। ਜਸਟਿਸ ਡਿਪਾਰਟਮੈਂਟ ਨੇ ਦੱਸਿਆ ਵੀ ਇਸ ਨੇ ਹੋਰ ਇਰਾਕੀ ਨੈਸ਼ਨਲ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਲਿਆ ਕੇ, ਤੇ ਇੱਥੇ ਆ ਕੇ ਪ੍ਰੈਜ਼ੀਡੈਂਟ ਬੁਸ਼ ਜਿਹੜੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਟੈਕ ਕਰਨਾ, ਉਹਨਾਂ ਦੇ ਨਾਲ ਜਿਹੜੀ ਸੀਕਰੇਟ ਸਰਵਿਸ ਹੁੰਦੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਬ੍ਰੇਕ ਇਨ ਕਰਨਾ ਹੈ, ਇਹ ਸਾਰਾ ਕੁਝ ਉਸਨੇ ਤਿਆਰ ਕੀਤਾ ਸੀਗਾ। ਮਾਰਚ 23 ਨੂੰ ਇਹ ਸਾਰਾ ਕੁਝ ਡਿਸਕਲੋਜ਼ ਕੀਤਾ ਗਿਆ ਜਸਟਿਸ ਡਿਪਾਰਟਮੈਂਟ ਵੱਲੋਂ।